ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਤੁਹਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਣ ਜਾ ਰਹੀ ਹਾਂ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈਸਵੀ ਵਿੱਚ ਮਾਤਾ ਨਾਨਕੀ ਜੀ ਦੇ ਘਰੋਂ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸੀ। ਆਪ ਜੀ ਦਾ ਬਚਪਨ ਵਿੱਚ ਨਾਮ ਤਿਆਗਮੱਲ ਸੀ। ਆਪ ਜੀ ਦੀ ਬਹਾਦਰੀ ਵੇਖ ਕੇ ਆਪ ਜੀ ਦੇ ਪਿਤਾ ਨੇ ਤੁਹਾਡਾ ਨਾਮ ਤੇਗ ਬਹਾਦਰ ਜੀ ਰੱਖ ਦਿੱਤਾ, ਜਿਸ ਦਾ ਅਰਥ ਸੀ ਤਲਵਾਰ ਦਾ ਧਨੀ, ਗੁਰਗੱਦੀ 'ਤੇ ਵਿਰਾਜਮਾਨ ਹੋਣਾ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤ ਜੋਤ ਸਮੇਂ ਬੋਲੇ ਗਏ ਆਖਰੀ ਸ਼ਬਦ ਬਾਬਾ ਬਕਾਲੇ ਵਿਖੇ ਸੀ, ਜਿਸ ਦਾ ਅਰਥ ਸੀ ਅਗਲੇ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ। ਜਦੋਂ ਵਪਾਰੀ ਲੱਖੀ ਸ਼ਾਹ ਲੁਬਾਣਾ ਦਾ ਜਹਾਜ਼ ਡੁੱਬ ਰਿਹਾ ਸੀ ਤਾਂ ਉਸ ਨੇ ਅਰਦਾਸ ਕੀਤੀ ਕਿ ਉਹ ਗੁਰੂ ਜੀ ਅੱਗੇ 500 ਮੋਹਰਾਂ ਭੇਟ ਕਰੇਗਾ। ਜਦੋਂ ਉਹ ਬਾਬਾ ਬਕਾਲਾ ਵਿਖੇ ਪਹੁੰਚਿਆ ਤਾਂ ਉਸ ਨੇ 22 ਮੰਜਿਆਂ 'ਤੇ ਬੈਠੇ ਗੁਰੂ ਜੀ ਨੂੰ ਦੇਖਿਆ। ਉਸ ਨੇ ਹਰੇਕ ਗੁਰੂ ਅੱਗੇ 2-2 ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚਿਆ ਤਾਂ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਬਾਕੀ ਮੋਹਰਾਂ ਰੱਖ ਦੇਵੇ। ਇਹ ਸੁਣ ਕੇ ਵਪਾਰੀ ਬਹੁਤ ਖੁਸ਼ ਹੋਇਆ ਅਤੇ ਉਸਨੇ ਕਿਹਾ, ਗੁਰੂ ਲਾਭੋ ਰੇ, ਗੁਰੂ ਲਾਭੋ ਰੇ, ਜਿਸ ਦਾ ਅਰਥ ਸੀ ਗੁਰੂ ਮਿਲ ਗਿਆ ਹੈ। ਗੁਰਗੱਦੀ 'ਤੇ ਵਿਰਾਜਮਾਨ ਹੋਣ ਤੋਂ ਬਾਅਦ ਆਪ ਜੀ ਨੂੰ ਅੰਮ੍ਰਿਤਸਰ ਵਿੱਚ ਪ੍ਰਵੇਸ਼ ਨਹੀਂ ਹੋਣ ਦਿੱਤਾ ਗਿਆ। ਇਸ ਲਈ ਆਪ ਨੇ ਸ਼੍ਰੀ ਗੁਰੂ ਹਰਿਮੰਦਰ ਸਾਹਿਬ ਜੀ ਦੇ ਕੋਲ ਪ੍ਰਵੇਸ਼ ਕੀਤਾ। ਆਪ ਨੇ ਇੱਕ ਪਿੰਡ ਚੱਕ ਨਾਨਕੀ ਵਸਾਇਆ। ਕਸ਼ਮੀਰੀ ਪੰਡਿਤਾਂ ਦੀ ਫਰਿਆਦ। ਕਸ਼ਮੀਰੀ ਪੰਡਿਤ ਆਪ ਜੀ ਕੋਲ ਫਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਨ ਲਈ ਕਹਿ ਰਿਹਾ ਹੈ। ਗੁਰੂ ਜੀ ਇਹ ਸੁਣ ਕੇ ਬਹੁਤ ਡੂੰਘੀ ਸੋਚ ਵਿੱਚ ਪੈ ਗਏ। ਕੁਝ ਸਮਾਂ ਸੋਚਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਅਜੇ ਯੁੱਧ ਦਾ ਸਮਾਂ ਨਹੀਂ ਹੈ, ਉਹਨਾਂ ਨੂੰ ਇੱਕ ਮਹਾਨ ਵਿਅਕਤੀ ਦੀ ਲੋੜ ਹੈ। ਆਪ ਜੀ ਦੇ ਬੇਟੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਆਪ ਕੋਲ ਬੈਠੇ ਸਨ ਅਤੇ ਉਹਨਾਂ ਨੇ ਕਿਹਾ ਕਿ ਪਿਤਾ ਜੀ, ਤੁਹਾਡੇ ਨਾਲ ਮਹਾਨ ਇਸ ਜੱਗ ਵਿੱਚ ਕੋਈ ਨਹੀਂ ਹੈ, ਤੁਸੀਂ ਕਸ਼ਮੀਰੀ ਪੰਡਿਤਾਂ ਨਾਲ ਜਾ ਸਕਦੇ ਹੋ। ਇਸ ਲਈ ਉਹ ਕਸ਼ਮੀਰੀ ਪੰਡਿਤਾਂ ਦੇ ਨਾਲ ਚੱਲ ਗਏ। ਉਹਨਾਂ ਨੂੰ 1675 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਹ ਕੁਰਬਾਨੀ ਬਹੁਤ ਹੀ ਵਿਲੱਖਣ ਹੈ। ਵਿਲੱਖਣਤਾ ਇਸ ਗੱਲ ਵਿੱਚ ਨਹੀਂ ਹੈ ਕਿ ਉਹਨਾਂ ਨੇ ਇਹ ਕੁਰਬਾਨੀ ਸਾਡੇ ਲਈ ਜਾਂ ਭਾਈਚਾਰੇ ਲਈ ਨਹੀਂ ਦਿੱਤੀ, ਇਹ ਕੁਰਬਾਨੀ ਉਹਨਾਂ ਨੇ ਧਰਮ ਲਈ ਦਿੱਤੀ ਹੈ, ਧਰਮ ਨੂੰ ਬਚਾਉਣ ਲਈ ਦਿੱਤੀ ਹੈ। ਅੱਜ ਉਸ ਮਹਾਨ ਸ਼ਹੀਦ ਲਈ ਸਾਡਾ ਇਹੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਮਨੁੱਖ ਇਕੱਠੇ ਉਹਨਾਂ ਦੇ ਧਰਮ ਨੂੰ ਉੱਚਾ ਚੁੱਕੀਏ ਅਤੇ ਉਹਨਾਂ ਦੇ ਬਣਾਏ ਰਸਤੇ 'ਤੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।